ਹੁਣ 10-11 ਦੀ ਵਿਚਲੀ ਰਾਤ ਨੂੰ ਅੰਗਰੇਜ਼ ਫਿਰੋਜ਼ਪੁਰ ਲਾਗੋਂ ਸਤਲੁਜ ਦਰਿਆ ਪਾਰ ਹੁੰਦੇ ਹਨ ਅਤੇ ਬਿਨਾਂ ਕਿਸੇ ਰੁਕਾਵਟ ਕਸੂਰ ਆਮ ਮਲਦੇ ਹਨ। ਇੱਥੇ ਹੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਫੋਰਟ ਵਿੱਚ ਭਾਰੀ ਮਾਤਰਾ ਵਿੱਚ ਸਿੱਖ ਫੌਜ ਇਕੱਠੀ ਹੋਈ ਹੈ ਅਤੇ ਉਹਨਾਂ ਕੋਲ ਤੋਪਾਂ ਅਤੇ ਗੋਲੀ ਬਰੂਦ ਵੀ ਹੈ, ਪਰ ਉਹਨਾਂ ਸਿੱਖ ਫੌਜਾਂ ਕੋਲ ਕੋਈ ਲੀਡਰ ਨਹੀਂ ਹੈ। ਹੁਣ ਗਵਰਨਰ ਜਨਰਲ ਉਹਨਾਂ ਸਰਦਾਰਾਂ ਜਿਨ੍ਹਾਂ ਨੇ ਜੰਗ ਵਿੱਚ ਹਿੱਸਾ ਨਹੀਂ ਲਿਆ ਸੀ ਅਤੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਔਲਾਦ ਬਾਰੇ ਜੋ ਸ਼ੁਭ ਚਿੰਤਕ ਸਨ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਸੀ ਅਤੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਸੀ ਕਿ ਲਾਹੌਰ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਬਣਾਈ ਜਾਵੇ ਜਿਸ ਨਾਲ ਖਾਲਸਾ ਫੌਜ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ।